ਸਾਡੀ ਡੋਰਾ ਮਾਰਕਸ ਸਵਾਭਿਮਾਨ ਸੰਗਠਨ ਪਾਰਟੀ ਦੇ ਪ੍ਰੈਜ਼ੀਡੈਂਟ ਓਏ ਡੀਸੀ ਸਾਹਿਬ ਨਾਲ ਮਿਲਣ ਆਇਨ ਉਹਨੇ ਇੱਕ ਮੈਮੋਰੈਂਡਮ ਦੇਣ ਆਇਨ ਜਿਹੜਾ ਇਸ ਬੀਜੇਪੀ ਸਰਕਾਰ ਨੇ ਇੱਕ ਸ਼ਰਮਨਾਕ ਹਰਕਤ ਕੀਤੀ ਹੈ ਜਿਹੜੀ ਯੂਆ ਰਾਜਪੂਤ ਸਵਾਲ ਹੈ ਜਿਹੜਾ ਇਸ ਐਲਜੀ ਸਰਕਾਰ ਨੇ ਸਾਡੇ ਜੰਮੂ ਉੱਪਰ ਜੁਰਮ ਕਰਨਾ ਸ਼ੁਰੂ ਕੀਤੇ ਦਾ ਇਸ ਯੂਆ ਰਾਜਪੂਤ ਸਵਾਲ ਨੇ ਸ਼ੁਰੂਆਤ ਕੀਤੀ ਹੈ ਕਿ ਉਸ ਟੋਲ ਪਲਾਚੇ ਕੀ ਹਟਾਣੇ ਤਾਈ ਇਹਨਾਂ ਇੱਕ ਸ਼ਾਂਤੀਪੂਰਵਕ ਧਰਨਾ ਦਿੱਤਾ ਹਾ ਸਰੋ ਟੋਲ ਪਲਾਜਾ ਪਰ ਪਰ ਇਸ ਸਰਕਾਰ ਨੇ ਰਾਤੋ ਰਾਤ ਸਾਰੇ ਮੁੜੇਗੀ ਸਾਰੇ ਪੜਾਏਗੀ ਉੱਥੋਂ ਰਾਤੋ ਰਾਤ ਡਿਟੇਨ ਕੀਤਾ ਇਹ ਡੋਗਰਾ ਸਵਾਭਿਮਾਨ ਸੰਗਠਨ ਪਾਰਟੀ ਉਸ ਹਰਕਤ ਕੀ ਕੰਡੈਮ ਕਰਦੀ ਹੈ